अनकरीब काम शुरू होने वाला लाहौर दे विच इन्ना रश है तौबा बड़ी दुनिया वेली है इशारा खुलता लगता पागलों नूं छुट्टी होई मैं तेरे तो अगे तू मेरे तो अगे दो मिनट इशारे ते नहीं खलोंदे तीन महीने पै जांदे की होया फ्रैक्चर तू उत्थे खलो जा दो मिनट सैकटरी का मैं इश्तिहार दिता है सेठ साहब ने कहा सैकटरी आवे ते मैनूं मिलवा दे कौन ये तड़का लाउणा जरूरी हुंदा आउंदे आ नाले तैनूं किन्ने कहा तू सोहणी है ओ ते मैं ही गई आ किधर आए हो ਤੁਸੀਂ ਇਸ਼ਤਿਹਾਰ ਦਿੱਤਾ ਹੋਇਆ ਸੀ ਨੌਕਰੀ ਵਾਸਤੇ ਆਈ ਆ ਅੱਛਾ ਤਾਂ ਕੀ ਕੀ ਕਰ ਲੈਂਦੇ ਹੋ ਕੰਪਿਊਟਰ ਚਲਾ ਲੈਣੀ ਆ ਘਰ ਚਲਾ ਲੈਣੀ ਆ ਚਿੰਚੀ ਰਕਸ਼ਾ ਚਲਾ ਲੈਂਦੇ ਹੋ ਕੀ ਸੋਹਣੀ ਕੁੜੀ ਤੇ ਚਿੰਚਰੀ ਰਕਸ਼ਾ ਉਹ ਕੰਮ ਹੀ ਹੈਗਾ ਉਹ ਕਿਹੜਾ ਕੋਈ ਮੀਣਾ ਹੈਗਾ ਚਿੰਚੀ ਰਕਸ਼ਾ ਚਲਾਓ ਤੁਸੀਂ ਤੁਹਾਨੂੰ ਪਤਾ ਲੱਗੇ ਹੋਰ ਦੱਸੋ ਹੋਰ ਕੀ ਕੀ ਕਰ ਲੈਂਦੇ ਹੋ ਹੋਰ ਬਹੁਤ ਕੁਝ ਕਰ ਲੈਣੀ ਆ ਅੱਛਾ ਬਹੁਤ ਚੁਗਲੀਆਂ ਕਰ ਲੈਣੀ ਆ ਹਾਂ ਬਾ ਠੀਕ ਹੈ ਤੈਨੂੰ ਸੈਕਟਰੀ ਮੈਂ ਰਖਵਾ ਦੇਵਾਂਗਾ ਵਿਆਹ ਹੋਇਆ ਹੀ ਨਹੀਂ ਤੇ ਬੱਚੇ ਕਿੰਨੇ ਨੇ ਵਿਆਹ ਨਹੀਂ ਹੋਇਆ ਤੇ ਬੱਚੇ ਕਿੱਥੋਂ ਆਉਣੇ ਨੇ ਬੱਚੇ ਤੇ ਮਸੂਮ ਹੁੰਦੇ ਉਹਨਾਂ ਨੂੰ ਕੀ ਪਤਾ ਵਿਆਹ ਤੋਂ ਪਹਿਲਾਂ ਆਉਣਾ ਕਿ ਬਾਅਦ ਚ ਆਉਣਾ ਹੈ ਬਾਗਲੇ ਬੱਚੇ ਮਸੂਮ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਅੱਛਾ ਤੂੰ ਮੇਰੇ ਨਾਲ ਵਿਆਹ ਕਰਾ ਲਾ ਫਿਰ ਲੈ ਆਪਣੀ ਸ਼ਕਲ ਵੇਖੀਓ ਸ਼ਕਲ ਨੂੰ ਕੀ ਏ ਐਡਾ ਰਹਿ ਗਿਆ ਮੈਂ ਐਡੀ ਸੋਹਣੀ ਤੇ ਆਪ ਵੇਖ ਇਹੋ ਜੀ ਔਰਤ ਉੱਠਣ ਲੱਗਿਆ ਲੈਟਰਿੰਗ ਚ ਟੂਟੀ ਵੀ ਮਰਵਾ ਲੈਂਦੀ ਤੈਨੂੰ ਕਿੰਨੇ ਗਿਆ ਹਨੇਰੇ ਚ ਘੁੰਮ ਕੇ ਬੈਠਾ ਖਾਨਾ ਖਰਾਬੇ ਤੂੰ ਮੇਰੇ ਵੱਲ ਵੇਖ ਤੇ ਆਪਣੇ ਵੱਲ ਉਤੋਂ ਕਹਿੰਦੀ ਮੈਂ ਸ਼ਾਦੀ ਕਿੱਥੇ ਕਰਾਉਣੀ ਆ वोटी दा मूंह देखो दुहाना पाटा हुंदा तैनूं कुछ ना कुछ कही जाना उन्होंने होर किते करा ला अच्छा फिर मुल्तान करवा दे तू चंगी भली हैगी उन्होंने तैनूं साई साई करके साई कर देना उथे सोन हलवा मशहूर है आफत साहब का अच्छा? सोन हलवा लिया अद्धे घंटे बाद आफत साहब आप आ जाते मिठा पूरा है कि नहीं होर कि करा ला अच्छा इतने करवा चीते लोग ही बबर शेर एक भरा बहर गया चार भरावान ढिड बधाए मूह च पान पा के मशहूरी वा बहर हों पुरच तू तो घर होना तू तो कम कर होर सुना बस ठीक हाँ चल ठीक है मैं शेर साहब न गल करा अच्छा चलो तेरे वाल बड़े सोहने ने जेड़े बंदे ने सत बंद टिकटा भरिया हों हसदा इंज बैठा हों जो फ्री आला दूरों आन गया अगो कहना क्यों दंद कट रहे हसन वाली गल है ਉਹਨੂੰ ਪਤਾ ਨਾ ਕਿ ਡਰਾਮੇ ਤੋਂ ਬਾਅਦ ਸੱਤਾਂ ਨੂੰ ਰੋਟੀ ਵੀ ਖਵਾਣੀ ਹੈ ਯਾਰ ਔਰ ਜਿਹੜੇ ਬੰਦੇ ਨੇ ਪੈਸੇ ਨਹੀਂ ਦੇਣੇ ਹੁੰਦੇ ਪਹਿਲਾਂ ਹੀ ਬੇਸਨ ਦੇ ਕਿੰਨੇ ਪੈਸੇ ਹੋ ਗਏ ਬਈ ਐ ਲੈ ਨਾ ਤੂੰ ਦੇਣੇ ਨਾ ਹੋ ਚਲੋ ਠੀਕ ਹੈ ਮੈਂ ਸੇਠ ਸਾਹਿਬ ਨੂੰ ਦੱਸਾਂਗਾ ਜਾ ਫਟਾਫਟ ਜਾ ਜਰਾ ਸੇਠ ਸਾਹਿਬ ਉੱਠ ਪੈਣ ਤੇ ਚਾਨੀ ਹਾਂਜੀ ਉਹ ਪਾਣੀ ਨਹੀਂ ਆ ਰਿਹਾ ਉਹ ਪਾਣੀ ਸ਼ਾਵਰ ਖੋਲੋ ਆ ਰਿਹਾ ਚਾਨੀ ਓਏ ਹਾਂਜੀ ਉਹ ਸਾਬਣ ਕਿੱਥੇ ਹੀ ਸਾਬਣ ਅੰਦਰ ਹੀ ਏ ਓ ਚਾਨੀ ਓਏ ਹਾਂਜੀ ਓਏ ਨਹਾਣ ਵਾਲਾ ਡੋਂਗਾ ਵੀ ਨਜ਼ਰ ਨਹੀਂ ਆਉਂਦੇ ਆ ਓ ਸ਼ਾਵਰ ਚਲਾਓ ਮੈਂ ਅੱਗੇ ਵੀ ਗਿਆ ਤੁਹਾਨੂੰ ਚਾਨੀ ਓਏ ਹਾਂਜੀ ਓ ਮੈਂ ਨਹਾਣ ਲੱਗਾ ਹਾਂਜੀ ਆ ਜਾ ਓ ਚਾਨੀ ਹਾਂਜੀ ਓ ਸੇਫਟੀ ਨਹੀਂ ਲੱਭ ਰਹੀ ਓ ਤੂੰ ਉਹਦੇ ਨਾਲ ਮਰੂਦ ਕੱਟਣੇ ਨੇ ਚਾਨੀ ਓਏ ਹਾਂਜੀ ਓਏ ਓ ਹੱਥ ਤਾਂ ਸ਼ਾਵਰ ਚੜਾ ਗਿਆ ਸਾਬਣ ਡਿੱਗ ਪਈ मेरी जान छड़ दिओ तनखा दिओ मैं जावां तनखावां लैण ते मरे साडी कुरानदाजी निकल आई सुने अल्लाह पाक दा शुक्र है मालिक जदों भी दिंदा छप्पड़ मार के दिंदा मेरी सुन गल अज तू फैक्ट्री जाना मैनू एक बड़ा एमरजेंसी काम है
ਕਿੱਥੇ ਜਾਣਾ ਤੂੰ? ਉਹ ਮੈਂ ਤੇਰੀ ਭਾਬੀ ਨੂੰ ਮਿਲਣ ਜਾ ਰਿਹਾ, ਸਮਝਿਆ ਕਰ ਜ਼ਰਾ, ਮੈਂ ਆਇਆ ਬਸ। ਜੇ ਕਾਰੋਬਾਰ ਕਰ ਲੈ ਨਾ ਸੋਹਣਿਆ, ਕੁੜੀਆਂ ਦਾ ਖੈੜਾ ਛੱਡ ਦੇ, ਮੈਂ ਤੈਨੂੰ ਦੱਸ ਦਿਆਂ। ਜੇ ਪੈਸਾ ਤਾਂ ਕੁੜੀਆਂ ਆਪ ਹੀ ਆਉਣਗੀਆਂ ਸਾਡੇ ਕੋਲ। ਬਿਲਕੁਲ, ਤੂੰ ਸਿੱਧਾ ਫੈਕਟਰੀ ਜਾਣਾ। ਤੇ ਤੂੰ ਕਿੱਧਰ ਚੱਲਾਂ? ਮੈਂ ਪੀਸੀ ਕੁੜੀ ਨਾਲ ਡੇਟ ਮਾਰਨ ਚੱਲਾਂ ਤੇਰਾ। ਓਏ, ਇਹ ਮੂੰਹ ਡੇਟ ਮਾਰਨ ਵਾਲਾ ਹੈ? ਇਹ ਮੱਖੀਆਂ ਮਾਰਨ ਵਾਲਾ ਮੂੰਹ ਹੈ? ਡੇਟ ਮਾਰ ਅਦਰਾ ਮੂੰਹ ਤੂੰ ਵੇਖੀ ਕੀ ਜਾਂਦਾ, ਚਪੇੜਾ ਨਾ ਖਾ ਲਈ ਮੇਰੇ ਕੋ। ਚੱਲ ਸੁਣ, ਤੂੰ ਵੱਡਾ ਹੈ? ਹਾਂ। ਛੋਟੀ ਈਦ ਪਹਿਲਾਂ ਆਉਂਦੀ ਕਿ ਵੱਡੀ? ਛੋਟੀ। ਫਿਰ ਮੈਂ ਜਾਵਾਂਗਾ। ਪਹਿਲਾਂ ਮਹੀਨਾ ਰੋਜ਼ੇ ਰੱਖ, ਫਿਰ ਜਾਈ। ਚੱਲ ਫੋਨ ਸੁਣਿਆ ਵੀ ਕਿੱਲੀ ਜਾਣ ਡਿਆ, ਫਿਰ ਮਹੀਨਾ ਹੋ ਗਿਆ ਫੋਨ ਵੱਜਣ ਡਿਆ। ਐਡੇ ਅਸੀਂ ਅਮੀਰ ਆ ਤੇ ਅਸੀਂ ਇਹਦੀ ਬਿੱਲ ਠੀਕ ਨਹੀਂ ਕਰਾ ਸਕੇ। ਹੈਲੋ ਹੈਲੋ ਜੀ ਹੈਲੋ, ਇਹ ਚੁੱਕ ਲਿਆ ਕਾਕਾ? ਹਾਂਜੀ ਚੁੱਕ ਲਿਆ ਜੀ। ਮੈਂ ਤਾਂ ਰੱਖਿਆ ਹੀ ਨਹੀਂ। ਹੈਲੋ ਹੈਲੋ, ਐ ਕਾਕਾ ਮੈਂ ਬੋਲ ਰਿਹਾ ਹਾਸ਼ੂ ਭਾਈ। ਜੀ ਹਾਸ਼ੂ ਭਾਈ। ਐ ਜਿਹੜੇ ਘਰ 'ਚ ਤੁਸੀਂ ਦੰਦਨਾਂਦੇ ਫਿਰ ਰਹੇ ਹੋ, ਇਹ ਮੇਰੇ ਮਰਨ ਵਾਲੇ ਭਰਾ ਦਾ ਘਰ ਹੈ। ਤੇ ਤੁਸੀਂ ਮੁਲਾਜ਼ਮ ਹੋ ਕੇ ਇਸ ਘਰ 'ਤੇ ਕਬਜ਼ਾ ਕਰਕੇ ਬਹਿ ਗਏ ਹੋ, ਤਾਂ ਮੈਂ ਪਿੰਡੋਂ ਆ ਰਿਹਾ, ਪੁੱਤ ਹਿਸਾਬ ਕਿਤਾਬ ਕਰਕੇ ਰੱਖੋ, ਸਾਰਾ ਸਿੱਧਾ ਕਰ ਲਓ, ਫਿਰ ਆ ਕੇ ਮੈਂ ਤੁਹਾਡੇ ਨਾਲ ਨਿਬੜਦਾ। ਹੈਲੋ, ਆਵਾਜ਼ ਨਹੀਂ ਆ ਰਹੀ। ਮੈਂ ਜੂ ਆ ਰਿਹਾ, ਆਵਾਜ਼ ਕਾਹਲੀ ਆਣੀ ਹੈ? ਹੈਲੋ ਹੈਲੋ, ਕੌਣ ਬੋਲ ਰਿਹਾ? ਦੱਸਿਆ ਹਾਸ਼ੂ ਭਾਈ। ਓਏ ਹਾਸ਼ੂ ਭਾਈ, ਇਹ ਤੈਨੂੰ ਆਵੇ ਕਿਸੇ ਦੀ ਆਈ? ਹੈਲੋ ਹੈਲੋ, ਮੇਰਾ ਖਿਆਲ ਤੁਹਾਡਾ ਫੋਨ ਹੈ। ਇਹ ਸੁਣੋ ਰਸ਼ੀਦ ਸਾਹਿਬ। ਹੈਲੋ ਹੈਲੋ, ਓ ਭਾਈ। ਹੈਲੋ 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 ਜੀ ਜੀ, ਓ ਮੈਂ ਹਾਸ਼ੂ ਬੋਲ ਰਿਹਾ ਹੈ। ਤੇ ਤੁਸੀਂ ਕਬਜ਼ਾ ਕਰਕੇ ਬੈਠੇ ਹੋ, ਕਬਜ਼ਾ ਖਾਲੀ ਕਰ ਦਿਓ, ਨਹੀਂ ਤੇ ਮੈਂ ਆ ਕੇ ਤੁਹਾਨੂੰ ਛਿੱਲ ਦੇਣਾ ਜੀ। ਕਿੱਥੋਂ ਆਏ ਹੋ ਜੀ? ਪਿੰਡੋਂ ਆ ਰਿਹਾ। ਕੀ ਖੈਰ, ਇੱਥੇ ਆ ਰਹੇ ਹੋ? ਇਹ ਮੇਰੇ ਮਰਨ ਵਾਲੇ ਭਰਾ ਦੀ ਜ਼ਮੀਨ ਤੇ ਕਬਜ਼ਾ ਕਰਕੇ ਬੈਠੇ ਹੋ। ਜਿੱਥੇ ਉਹ ਮਰ ਗਿਆ, ਤੂੰ ਵੀ ਮਰ ਜਾ ਨਾਲ ਹੀ। ਮੈਂ ਤੇਰੀ ਫੁੱਫੀ ਤੇ ਮਰ ਜਾ। ਹਾਂਜੀ, ਸਮਝ ਨਹੀਂ ਆਇਆ, ਤੂੰ ਨਸਰ ਨਹੀਂ ਕਰਨ ਡਿਆ? ਨਹੀਂ ਨਹੀਂ ਨਹੀਂ। ਹੈਲੋ, ਬੰਦ ਕਰ। ਬੰਦੇ ਤੁਸੀਂ ਕੰਜਰ ਹੀ ਹੋ। ਜੂਸ ਨੂੰ ਸਾਨੂੰ ਆਪਣੀ ਪਈ, ਇਹ ਹਾਸ਼ੂ ਭਾਈ ਆ ਰਿਹਾ। ਉਹ ਸਾਰੀਆਂ ਜ਼ਮੀਨਾਂ ਜਾਇਦਾਦਾਂ ਫੈਕਟਰੀਆਂ ਉਹਨੇ ਲੈ ਜਾਣੀਆਂ ਸਾਡੇ ਕੋਲ। ₹500 ਦਿੱਤਾ, ਮੈਂ ਕਿਹਾ ਮੈਨੂੰ ਮਾਲੋ ਮਾਲ ਕਰ ਦਿਓ। ਅੱਛਾ, ਮੈਨੂੰ ਬਾਂਹ ਫੜ ਕੇ ਮਾਲ ਤੇ ਲਿਆ, ਕਹਿੰਦੇ ਸਿੱਧਾ ਮਾਲੋ ਮਾਲ ਹੋ ਜਾ। ਬਾਬੇ ਹੁੰਦੇ ਹੀ ਝੂਠੇ ਨੇ, ਸੱਚਾ ਬਾਬਾ ਇਹਦੇ ਕੋਲ ਜਿੰਨ ਵੀ ਹੈਗੇ। ਅੱਛਾ ਜੀ, ਹਾਂ ਕੋਠੀ ਚ ਆ ਜਾਓ ਤੁਸੀਂ, ਬੰਦੇ ਦਾ ਹੁਲੀਆ ਸੁਣ ਲਓ, ਪੈਂਟ ਸ਼ਰਟ ਪਾਈ ਹੈ, ਕੁੰਡਲਾ ਵਾਲੇ ਵਾਲ ਨੇ ਉਹਦੇ। ਹਾਂਜੀ, ਜਦੋਂ ਨਹਾਉਣ ਡਿਆ ਥੱਲੇ, ਤੂੰ ਵੇਖਣ ਡਿਆ ਹੈ? ਸ਼ਰਮੋ ਹਜ਼ਾਰ ਤੈਨੂੰ ਕਿਹੜਾ, ਵੇਖੋ ਭੇਸ ਬੁਲਾ ਕੇ ਆਏ ਨੇ ਮੁਰਸ਼ਦ। ਹੈ ਬਾਬਾ ਜੀ ਨੇ, ਇਹ ਮੁਰਸ਼ਦ ਹੈ ਮੇਰੇ, ਭੇਸ ਬਦਲਾ ਕੇ ਆਏ ਨੇ ਅਮਲ ਦੇ ਨਾਲ। ਓਏ ਬਾਬਾ ਮੈਨੂੰ ਦੇ ਦੇ, ਅਗਲੇ ਸਾਲ ਮੈਂ ਤੈਨੂੰ ਬੇਬੇ ਬਣਾ ਕੇ ਦੇ ਦਾਂਗਾ। ਓਏ ਮੁਰਸ਼ਦ, ਓਏ ਤੇਰਾ ਮੁਰਸ਼ਦ ਹੈ? ਹਾਂਜੀ। ਓਏ ਤਵੀਜ਼ ਦਿੰਦਾ ਕਿ ਅੱਧਾ ਘੰਟਾ ਦਿੰਦਾ? ਆਪਣੀ ਬਕਵਾਸ ਬੰਦ। ਮੁਰਸ਼ਦ, ਓਏ ਤੇਰਾ ਮੁਰਸ਼ਦ ਬੜਾ ਪ੍ਰੋਪਰ। ਬਾਬਾ ਜੀ, ਬਾਬਾ ਜੀ ਮੈਨੂੰ ਆਪਣੇ ਆਸਥਾਨੇ ਤੇ ਖੜ ਕੇ ਮੇਰੇ ਪਸੀਨੇ ਕਢਾ ਦਿਓ ਬਾਬਾ ਜੀ। ਲੇਕਿਨ ਉਹ ਕਹਿੰਦੇ ਮੇਰੇ ਪਾਪਾ ਜੀ ਨੇ ਮੁਰਸ਼ਦ ਨੂੰ ਮੇਰਾ ਛੋਟਾ ਭਰਾ ਸਟ੍ਰਿੰਗ ਪੀ ਕੇ ਮਰੇ। ਉਹ ਕਿਵੇਂ ਇੰਜ ਪੀ ਕੇ, ਤੇ ਉਹਨੇ ਸੋਚ ਚੋਂਗਲਾ ਉਹ ਪਿਆ। ਮੈਂ ਲੈ ਗਿਆ।
ਮੇਰੀ ਗੱਲ ਸੁਣੋ ਰਸ਼ੀਦ ਸਾਹਿਬ ਕਿੱਥੇ ਨੇ ਮੇਰਾ ਨਾਮ ਰਸ਼ੀਦ ਹੈ ਜੀ ਗੱਲ ਸੁਣੋ ਹਾਂਜੀ ਹਾਂਜੀ ਇਹਦੇ ਕੋਲ ਪਲਾਟ ਲੈ ਕੇ ਨਾ ਸਾਰੇ ਉਹ ਪਲਾਟ ਆਪਣੇ ਨਾਮ ਕਰਾ ਓਏ ਉਧਰ ਜਾ ਸਾਡੀ ਕੋਈ ਆਪਣੀ ਗੱਲ ਹੋਣ ਨਹੀਂ ਪਲਾਟ ਆਪਣੇ ਨਾਮ ਕਰਾ ਲਈਏ ਇਹਦੇ ਕੋਲ ਬਸ ਠੀਕ ਹੈ ਇਸ ਤੋਂ ਪਹਿਲਾਂ ਕਿ ਹਾਸ਼ੂ ਭਾਈ ਪਹੁੰਚੇ ਪਲਾਟ ਕਿੱਥੇ ਜੀ ਤੁਹਾਡਾ ਮੇਨ ਡਿਫੈਂਸ ਰੋਡ ਤੇ ਲੋਕੇਸ਼ਨ ਕੀ ਹੈ ਇੱਕ ਗਲੀ ਅੱਗੇ ਲੱਗਦੀ ਹੈ ਇੱਕ ਗਲੀ ਪਿੱਛੇ ਵਿਚਕਾਰ ਪਲਾਟ ਹੈ ਇਹ ਪਲਾਟ ਤੇ ਰੋਲੇ ਵਾਲਾ ਹੁੰਦਾ खाली प्लाट है छते है के रड़ाई है बिल्कुल रड़ा मैदान है किन्ना रड़ा है किन्ना टाई किनारे डिफेंस मेन एक गली आगे एक पीछे हां जी तो बिल्कुल रड़ा बिल्कुल रड़ा रजिस्ट्री किदे ना है मेरे ना उधर रजिस्ट्री हुंदी उधर तो फाइलें बिकदी है अच्छा ये तुम्हारे बंदे तो बेचन उधर डिफेंस ते प्लाट नहीं है अच्छा जी ए रकबा किन्ना है जी जगह बेच के जाओ असि लैके जाइए घट कर लो ज्यादा नहीं चार करोड़ 90 लाख रुपए घटा दो बाकी ले लो बाबे नू रोटी दे वे बाबा जी अम्मी घर नहीं मैं रोटी मंगी अम्मी नहीं ए काली कलकत्ते वाली तेरा मारना जाए खाली ए काली कलकत्ते वाली तेरा मारना जाए खाली ए पीछे बाग उथे फिरदे ने सारे माली जिदे तुसी तिने मुंडे हो मेरी वड्डी है साली ए बाबा चिकन छछले खांदा ए बाबा बर्गर खांदा ए बाबा कोल्ड ड्रिंक पींदा ए बाबा चिकन सैंडविच खांदा ए बाबा बर्गर खांदा ए बाबा 850 वाली बोतल पींदा ए बाबा डबल बेड समेत दी औरत दा सवाल करदा बच्चा ए मायो क्रैशी बाबा मैं तेन बुलाया कि तू इत अपने जादू टोने दहा है मन नहीं डे मैनू तो पता तू मेरा मुरशद है असी बड़ी करनी वाले बाबे आ इत ना कर दी बाबा तवील देन आया कि साडे नाल भैण भी आई है मंत्र शुरू कर लिया तू कोई मंत्र ही पंजा दस वाला कर ली कोई करामात करामात करके वहाओ सानू कोई ऐसा जादू ऐसा मंत्र करिए ਕੈਬਿਨ ਬੋਲੇ ਗਾਣਾ ਲਵਾਈਏ ਫਿਰ ਮੰਨੇ ਸਾਨੂੰ ਬਾਬਾ ਜੀ ਮੈਂ ਤੇ ਮੰਨਾ ਇਹਨਾਂ ਮੂਰਖਾਂ ਨੂੰ ਬੁਲਾਉਣਾ ਤੁਹਾਨੂੰ ਬਣਵਾਣਾ ਵਾ ਮੈਂ ਇਹ ਲਾਪੜ ਜੀ ਦਾ ਜਨਮਨ ਬੋਲੇ ਲਾਪੜ ਜੀ ਕਾ ਕੁਟਕੂ 1 2 3 ਇਹ ਬਾਬਾ ਜੀ ਤੁਹਾਡਾ ਜਾਦੂ ਹੈ ਇਹ ਸਾਡਾ ਜਾਦੂ ਕੋਈ ਨਹੀਂ ਸੌਣ ਵਾਲੇ ਨੂੰ 100 ਰੁਪਏ ਦੇ ਕੇ ਪਾਇਆ ਓ ਬਾਬਾ ਜੀ ਵਾ ਬਾਬਾ ਜੀ ਤੁਸੀਂ ਤੇ ਗਾਣਾ ਵੀ ਲਵਾ ਲੈਂਦੇ ਹੋ ਤੁਹਾਡਾ ਆਸਤਾਨਾ ਹੈ ਕਿ ਕੰਜਰ ਖਾਨਾ ਹੈ ਓ ਬਾਬਾ ਜੀ ਕੋਈ ਅੱਛੀ ਕਰਾਮਾਤ ਕਰਕੇ ਵਾਹੋ ਸਾਨੂੰ ਹਾਂ ਕੋਈ ਵੱਡੀ ਕਰਾਮਾਤ ਵੀ ਕਰਕੇ ਵਾਹਾਂਗੇ ਤੈਨੂੰ ਖੜੇ ਖਲੋਤੇ ਨੂੰ ਅੱਗ ਲਾਵਾਂ ਫਿਰ ਮੰਨੇ ਤੁਹਾਨੂੰ अग लगी कि नहीं दस
ਬਾਬਾ ਕੋਈ ਮੰਦਰ ਦਿਨਾ ਕੇ ਤੇ ਫੜ ਬੱਚਿਆ ਤੇਰੇ ਮੱਥੇ ਦੀਆਂ ਲਿੱਕਾਂ ਦੱਸਦੀਆਂ ਪਈਆਂ ਨੇ ਟੈਨਸ਼ਨ ਤੇ ਪਰੇਸ਼ਾਨੀ ਚ ਇਹ ਕਿੱਥੋਂ ਦਾ ਬਾਬਾ ਜੀ ਇਹ ਸਾਡੇ ਬਾਥਰੂਮ ਦਾ ਉਹ ਬੜਾ ਲੈ ਜਾ ਇਹਨੂੰ ਬਾਥਰੂਮ ਦਾ ਬਗੈਰਤ ਭਾਈ ਥੋੜੀ ਬਾਤੀ ਕਰਾਮਾ ਤੇ ਅਸੀਂ ਵੀ ਜਾਣਨੇ ਆ ਇਹ ਲੈਣੇ ਆ ਇਹ ਤੁਹਾਡੇ ਬਾਥਰੂਮ ਦਾ ਯੈਸ ਬਾਬਾ ਜੀ ਤੁਹਾਡੇ ਘਰ ਲੇਡੀ ਜ਼ਿਆਦਾ ਨੇ ਹੈ ਲੈ ਇਸ ਨੇ ਬਾਬਾ ਇਹ ਕਿਹੜੀ ਕਰਾਮਾਤ ਕਰਕੇ ਵਹਾਉਂਦੇ ਤੁਹਾਨੂੰ ਕਰਾਮਾਤ ਕਰਕੇ ਵਹਾਵਾ ਕਰਕੇ ਵਹਾ ਲਓ ਬਾਬਾ ਜੀ ਇੱਧਰ ਨਜ਼ਰ ਰੱਖੋ ਇੱਕ ਨੇ ਦੋ ਕਰ ਦਿਆ ਕਰਕੇ ਵਹਾ ਮੇਰੇ ਭਾਈ ਹੱਥ ਕਿਸ ਭਾਈ ਮੁਸਲਮਾਨ ਕਾ ਹਾਂ ਜਾਦੂ ਕਰ ਬਸ ਹੋਏ ਨੇ ਦੋ ਇੱਕੋ ਹੀ ਹੈ ਅੰਨਾ ਹੋਏ ਕੋ ਨਹੀਂ ਪਿਆ ਉਹ ਕੀ ਪਿਆ ਬਾਬਾ ਜੀ ਬਾਜੀ ਮਾ ਇਹ ਹੁਣ ਸਾਨੂੰ ਮੰਨਿਆ ਬਾਬਾ ਕੇ ਨਹੀਂ ਕਿ ਹੋਰ ਕਰਾਮਾਤ ਵਹਾਈਏ ਤੈਨੂੰ ਕਰਕੇ ਵਹਾ ਤੂੰ ਕੋਈ ਕਰਾਮਾਤ ਅੱਖਾਂ ਬੰਦ ਕਰ ਬਾਬਾ ਤੈਨੂੰ ਤੇਰੇ ਮੁਕੱਦਰਾਂ ਦੀ ਦੌਲਤ ਵਹਾਈਏ ਚੱਲ ਕਾਲੀ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਵੇ ਖਾਲੀ ਉੱਚਾ ਕੀ ਕਰਨੀ ਵੀ ਕਾਲੀ ਧੋਕਰਾਂ ਦੀ ਸਾਂਝੀ ਨਾਲੀ ਸ਼ਾਹਕੋਟ ਦਮੀਆਂ ਵਾਲੀ ਆ ਜਾ ਚੱਲ ਚੱਲ ਬਾਬਾ ਉੱਤੇ ਵੇਖ ਲੈ ਕੁਛ ਨਜ਼ਰ ਆਇਆ ਹੀ ਕੱਖ ਵੀ ਨਹੀਂ ਥੱਲੇ ਵੇਖ ਲੈ ਕੁਛ ਨਜ਼ਰ ਆਇਆ ਹੀ ਫੇਰ ਵੀ ਨਹੀਂ ਬਾਬਾ ਆਪਣੇ ਖੱਬੇ ਵੇਖ ਲੈ ਕੁਛ ਨਜ਼ਰ ਆਇਆ ਵੀ ਕੱਖ ਨਹੀਂ ਸੱਜੇ ਵੇਖ ਲੈ ਕੁਛ ਨਜ਼ਰ ਆਇਆ ਹੀ ਸੱਜੇ ਵੀ ਕੱਖ ਨਹੀਂ ਅੱਖਾਂ ਬੰਦ ਨੇ ਤੈਨੂੰ ਘੱਟਾ ਨਜ਼ਰ ਆਉਣਾ ਹੈ दुश्मन ने ना कहते जगह से कब्जा करना बाबे ने सच्ची गल बाबा जी ये सानू चाहिए जिन चाहिए बाबे नू पता है कि चलो मेरी अम्मी कहती तू दस रोटियां खाना जिन ने मैं नहीं जो अम्मी की गल चल जिन नहीं बन सकता बाबा जी बनाओ 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 5 लाख रुपया लवेंगे इन जिन बना देंगे बाबा लख दे मैं बना देना जिन्ना की दुनिया चला गया जिन लिया नौकर भी भजाता जो तुसी कहना चल पप्पू मारेगा जो कहना मिठे चोल रुक जाएगा समझ गया गल बाबा जी तुहाडी ए की कहांगे ते मारेगा चल पप्पू हां मिठे चोल मिठे चोला ते रुकेगा ते मारेगा किवें चल पप्पू हां मिठे चोल ते मारेगा किवें चल पप्पू मिठे चोल यानी कि तुहाडे कहन दा मतलब है कि अही कहना है चल पप्पू हां मिठे चोल मिठे चोल मिठे चोल मिठे चोल मिठे चोल मिठे चोल ओ की होया कल्ला ही तड़फी जान दे की होई मिठे चोल जो हम दुश्मन इतने घर च आए ना हाँ अस आंदे ही कहेंगे चल मिठे चौल असि सुने मतलब मिठे चौल रुक जाएगा समझ जाए बाबा जी समझ गया डंडा तू उधर वे ਯੋ ਨਾ ਨਾ
तेन छेड़ रहा आ वेखी आ तेरे लागे मैनेजर किथे मैनेजर साहब हां मैं कॉल की थी मैनेजर साहब ने जो फैक्ट्री का सारा साफ लेके ਸਾਡੇ ਕੋਲ ਪਹੁੰਚੇ ਮੈਂ ਉਹਨੂੰ ਕਹਿ ਦਿੱਤਾ ਸੀ ਮੈਂ ਉਹਨੂੰ ਕੱਲ ਦਾ ਹੁਕਮ ਦਿੱਤਾ ਉਹ ਪਹੁੰਚ ਰਿਹਾ ਸੀ ਸਾਹਿਬ ਤੁਸੀਂ ਟੈਨਸ਼ਨ ਨਾ ਲਓ ਅਸਲਾਮ ਅਲੈਕੁਮ ਜੀ हड़ताल कर दी मजदूर ने क्यों हां जी किने की हड़ताल ओ जवान जिहा मुंडा नहीं हैगा इक ओ जेड़ा उहना दा लीडर बनया की ना ओदा लम्मा जिहा जेड़ा ओ ना दस ओदा बिल्लियां अखां वाला जेड़ा ओए आहो ना की ओदा ओ ना यार पप्पू होर की लेकिन क्यों हड़ताल की मिठे चौल यार बंदा नसाता है इन्होंने की मुसीबत है की होना तुहानू की हद है यार पप्पू ने हड़ताल की थी है कंजर नू कह के ना एहो जी हरकत कर अपने बंदे नू कुटी जान लिया मैं तो पूरे लाहौर दे मिठे चौल ओदे अगे लपा दित्ते ने क्यों नहीं मुड़ता जानी चौधरी ने ताड़िया लत्तां पां देणियां मजाक समझिया तुसीं मैं तुहानूं दस रिहा ओए तुहानूं पता नहीं कौन आ गया कौन आया बड़गिल्ली 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 गिल्ली गिल्ली बड़गिल्ली 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 गिल्ली गिल्ली इत्थे की लैण आया बड़गिल्ली 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 गिल्ली गिल्ली बड़गिल्ली 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 गिल्ली गिल्ली आया कित्थों है बड़गिल्ली 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 गिल्ली गिल्ली बड़गिल्ली 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 गिल्ली गिल्ली ओ भाई तू है कौन है बड़गिल्ली 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 गिल्ली गिल्ली बड़गिल्ली 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 गिल्ली गिल्ली असि अपनी टेंशन जा तू अपना तू है कौन है ते इत्थे की लैण आया बड़गिल्ली 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 गिल्ली गिल्ली बड़गिल्ली चौधरी आ रहे आए जे तेरे कान ना होंदे तू लगना ही बड़गिल्ली 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 गिल्ली गिल्ली ओए जे तेरे कान ना होंदे तू ते ऐनक भी नहीं सी ला सकदा है ना जे तेरे वाल होंगे फिर तू पता की कहना सी बड़गिल्ली 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 गिल्ली ओए मैनू पता लग गया तू ही मेरी औलाद है बड़गिल्ली 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 गिल्ली गिल्ली मैनू तो नरगस का बच्चा लगन डे है उत्तों स्टेप भी अम्मी वाला ही लाउन डे है बड़गिल्ली बड़गिल्ली गिल्ली गिल्ली किधर आया
ਤੈਨੂੰ ਪੁੱਛਿਆ ਨਾ ਜੀ ਨਰਗਸ ਦੇ ਪੁੱਤਰ ਲੱਗਣ ਨੇ ਆ ਨਾ ਹਾਂਜੀ ਉਹ ਕਮੂਲੀ ਯਾਰ ਉਹ ਤਾਂ ਕਿੰਨੀ ਸੋਹਣੀ ਹੀਰੋ ਨੇ ਹਾਏ ਹਾਏ ਆ ਤੇਰੀ ਮਾਂ ਨੂੰ ਜਦੋਂ ਪੁੱਛਿਆ ਮਾਸੀ ਕੀ ਹਾਲ ਆ ਪੁੱਤ ਕੱਲ ਦੀ ਪਿੱਤ ਬਹੁਤ ਨਿਕਲੀ ਹੁਣ ਤੂੰ ਸਾਨੂੰ ਦੱਸਣਾ ਹੈ ਕਿ ਲਫੇੜ ਖਾਣੇ ਨੇ ਕਿੱਧਰ ਆਏ ਤੇਰੀ ਮਾਂ ਨੂੰ ਮੈਂ ਕਿਹਾ ਮਾਸੀ ਦੁਆ ਲਾ ਉਹ ਕਹਿੰਦੀ ਮੈਂ ਦਵਾਈ ਲਾਈ ਸੀ ਅੰਦਰੋਂ ਸੀ ਸੀ ਦੀ ਆਵਾਜ਼ ਨਹੀਂ ਆਈ ਉੱਤੋਂ ਆਉਂਦੀ ਸੀ ਭੜਕਿੱਲੀ 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 ਕਿੱਲੀ ਕਿੱਲੀ ਆਪਣਾ ਇਲਾਜ ਕਰਾ ਇਸ ਬਿਮਾਰੀ ਨਾਲ ਮੇਰਾ ਕੁੱਤਾ ਮਰ ਗਿਆ ਸੀ चौधरी मेरे पिंडे दे विचों सां सां दी आवाज नहीं आ रही की आवाज आ रही है भड़किली 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 गड़किला गड़किला जफी पा मेरा ही है जावेगा कोई नहीं इथे जावेगा कोई नहीं और जमीन ते कब्जा करके सोचा पिछले मर गए और मैं तेन ले जाना पिंड ते छिल के रख देना तेन पूरी देख पूरी देख कोशिश ना करेगा चौधरी साहब आ गए ने इन्हां को साफ किताब लेना हाँ ये मेरी टोपी ने कौन छेड़न दिया इत कुछ है चौधरी जिन्ना तेरी मर्जी नचा बेलिया चढ़िया चौधरी और बस मेरा ख्याल है तुहाडा जिन कुछ फड़ना चाहता मेरे भरा प्लाट चौरी साहब प्लाट एक किधर आ गई हूं इन्हें ना पता लगे कि कुड़ी तेनू मिलन आई मेनू की लोड़ है दसन दी ता तू ही ना दसी शाहिद हां भाई रंगे रंगे और खड़े गयो पहचान नहीं रिया मेनू नहीं कौन हो तुसी तू मदी पहचानदा ए तुसी है कौन हो मैं तुहानू जानदा नहीं मोहतरमा कौन हो तुसी केड़ी कुड़ी ए कौन है आ कुड़ी मिलन आई है ओनू कुड़ी ओनू मिलन आई है हुन मां अपने पुत्र नु भी ना मिलन है चौरी साहब आए है दफा जा मेनू गामा बना ले मिठे चौल अपनी मिठे चौल मेरा रोजा मेरा रोजा मेरा रोजा की पागल
बंदे नु शायद कहंदी अखबार नहीं पढ़ी तुसी पढ़ी ए ए पागल कुड़ी है साबित करो पागल किने ने ए देखो ए कौन है शाहिद हेलो शाहिद ते ए कौन है ए ए शाहिद हेलो उनु मेनू भी शाहिद का ए कौन है शाहिद हां ओ मेरे रब्बा लगदा फसला नहीं होई है कि शाहदी होए ने ते तैनू पता मैं कौन हां ए नहीं शाहिद और नहीं मैं भला कौन हां बड़गिल्ली 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 गिल्ली गिल्ली बड़गिल्ली साला तड़फदा है ए कुड़ी पागल है ए तेरे कुछ भी तुही तेरे काकी तेनू ए धोखा देंडे ने ए तेनू पागल बना रहे ने पागल पहचान नहीं रहा मेनू हां ए धोखा दे रहे फ्रॉडिए ने बकवास करना फ्रॉडिए अही फ्रॉड करना की कीता अही की कीता क्यों नहीं पहचान रहा मेनू की होया की है देखो मैं इतना कुछ देके भी फिर नहीं पहचान मैं तेनू की दित्ता की दित्ता तेनू मां दंद की दर्द भी दवाई भी लैदे छड़दे काकी फराड़िए ने घर अपने जा व्याह कर लै जाके मेरी चेक करना चाहता तेरी गिड़गिड़ी की चेक हो भी गई अज तो बाद इत ना नहीं लेना जो लाने अंदर कहना ये तो पुत का पुत्र अंदरों भी सुन दिया है कहना मैं गया सा जी ताला लगा सी मेरा मथे नहीं लगा जी अम्मी दिया है कौन मैं बंदा ही है जी और चवी दा साइकिल है जी तुहाडी तारीफ की है तुसी कित्थों आए हो जी मैं अमेरिका तो अमेरिका तो आए हो जी हुण जाना नहीं जी तुसी ओ क्यों मैं तुहाडे कोल ड्रोन हमलियां दे बदले लैणे ने जी अमेरिका तो क्यों आए हो जी क्यों हुक्म करो आ की जे ए फैशन है ए केड़ा फैशन है लगदा किसी ने कन्नी बन के छड्या है तैनू जो तेरे कपड़े ने लगता किसी ने झप भी तेरा तोड़ दिता है की मतलब शाहिद हां जी ए जिन किथे होए इथे किथे ही होएगा की होया मैं बाथरूम च बैठा ते लोटे चुक के ले गया ते तैनू लोटे दी की लोड़ है किसियां करके बाहर ते आ ना अब ए ते सही बाहर अमेरिका तो प्रौणे आए ही ते जी मुतरमा जी अमरीका तो आयो हाँ जी ते शादी हुई तोड़ी नहीं बिल्कुल मिठे चौल पर आ जा ते नहीं पता कश्ती च फेरन वाला चप्पू चुकी फिर दे मिठे चौल कौन है चप्पू फड़ी फिरता बगैर मेरी रोटी भी खा गया नहीं मिठे चौल जी हुआ यू गंजू ले ले
ਨਹੀਂ ਦੱਸਿਆ ਉਹਨੂੰ ਤੈਨੂੰ ਕੌਣ ਹੈ ਕੌਣ ਅਮਰੀਕਾ ਤੋਂ ਆਈ ਹੈ ਜੀ ਇੱਥੇ ਕਿਵੇਂ ਆਈ ਹੈ ਸਾਡਾ ਕਿਹਨੇ ਦੱਸਿਆ ਇਹਨੂੰ ਪਤਾ ਨਹੀਂ ਕੀ ਮਤਲਬ ਇੱਧਰ ਕਿਵੇਂ ਆਈ ਹੈ ਇਹ ਮੇਰਾ ਘਰ ਹੈ ਤੁਹਾਡਾ ਘਰ ਹੈ ਜੀ ਕੁੜੀ ਹੈ ਕਿ ਜ਼ਿਆਦਾ ਡੋਰ ਤੋਂ ਕੱਟੀ ਆਈ ਕਿਵੇਂ ਪਤਾ ਨਹੀਂ ਕੀ ਹੈ ਆ ਤੇ ਵੇਖ ਆ ਕੀ ਆਈਟਮ ਹੀ ਕੀ ਮਤਲਬ ਆ ਤਾਂ ਲੱਗਦਾ ਅਥਰੀ ਘੋੜੀ ਸੀ ਕਿਸੇ ਨੇ ਵਾਗਾ ਪਾ ਦਿੱਤੀਆਂ ਹੈ ਚਲੋ ਭਾਟੀ ਵਾਲੇ ਭਾਟੀ ਵਾਲੇ ਉਹ ਭਾਟੀ ਵਾਲੇ ਭਾਟੀ ਵਾਲੇ ਭਾਟੀ ਵਾਲੇ ਚਾਚਾ ਹਾਂਜੀ ਚਾਚਾ ਉੱਪਰ ਆ ਜਾ ਜਗ੍ਹਾ ਕੋਈ ਨਹੀਂ ਟਾਂਗਾ ਭਰਿਆ ਚਾਚਾ ਮੰਮੀ ਜਾਣਾ ਆ ਜਗ੍ਹਾ ਕੋਈ ਨਹੀਂ ਚਾਚਾ ਘੋੜੀ ਤੇ ਬਹਿ ਜਾ ਅਮਰੀਕਾ ਤੋਂ ਆਏ ਹੋ ਜੀ ਤੇ ਤੁਹਾਡਾ ਦਾਵਾ ਹੈ ਕਿ ਇਹ ਮੇਰਾ ਘਰ ਹੈ ਤੂੰ ਕਹਿੰਦੀ ਮੇਰਾ ਘਰ ਇਹ ਤੁਹਾਡਾ ਘਰ ਕਿਵੇਂ ਜੀ ਇਹ ਮੇਰਾ ਪਿਓ ਦਾ ਹੈ ਪਿਓ ਕਿਹੜੇ ਦਾ ਉਹ ਤੇ ਮਰ ਗਿਆ ਜਿਹਦਾ ਘਰ ਹੈ ਆਉਂਦਾ ਹੀ ਹੈ 4 ਦਿਨ ਪਹਿਲਾਂ ਜਿਹੜਾ ਮਰਿਆ ਜੀ ਤਾਂ ਫੈਸ਼ਨ ਤੇਰਾ ਇੰਜੇ ਜਿਵੇਂ ਪਿਓ ਦੇ ਉਰਸ ਤੇ ਆਈ ਹੈ ਜੇ ਤੇਰਾ ਪਿਓ ਮਰਿਆ ਤੇ ਸੋਗ ਮਨਾ ਤੂੰ ਤੇ ਸੁਰਖੀਆਂ ਲਾਈਆਂ ਨੇ ਅੱਛਾ ਤੂੰ ਸੁੱਕਿਆ ਹੀ ਕਿ ਮੇਰਾ ਪਿਓ ਮਰੇਗਾ ਤੇ ਮੈਂ ਮੇਕਅਪ ਕਰਾਂਗੀ ਨਹੀਂ ਹੈਲੋ ਪਿਓ ਮਰਵਾ ਕੇ ਇੱਥੇ ਆ ਗਏ ਹੋ ਲੇਕਿਨ ਦਿਨ ਕੇ ਵੈਲਕਮ ਜੀ ਵੈਲਕਮ ਹੋ ਕੀ ਖਾਣਾ ਪੀਣਾ ਤੁਸੀਂ ਮਾਰੋ ਅਸੀਂ ਦੋਵੇਂ ਮੁਲਾਜ਼ਮ ਆ ਤੁਹਾਡੇ ਅੱਛਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਸ਼ੀਦ ਹੈ ਜੀ ਤੇ ਤੁਹਾਡਾ ਸ਼ਾਹਿਦ ਮੇਰਾ ਨਾਮ ਸ਼ਾਹਿਦ ਹੈ ਜੀ ਅੱਛਾ ਹਾਂਜੀ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਤੁਹਾਡਾ ਜੀ ਕੰਪਨੀ ਦਾ ਮੈਨੇਜਰ ਹਾਂ ਜੀ ਅੱਛਾ ਤੇ ਮੇਰੀ ਗੱਲ ਸੁਣੋ ਮੈਂ ਬਾਹਰ ਮੁਲਕੋਂ ਆਈ ਹਾਂ ਮੈਂ ਬਹੁਤ ਥੱਕੀ ਹੋਈ ਹਾਂ ਤੇ ਮੈਨੂੰ ਪਿਆਸ ਵੀ ਲੱਗ ਰਹੀ ਹੈ ਕੀ ਪੀਣਾ ਕੀ ਪੀਣਾ ਮੈਂ ਮਿਲਕਸ਼ੇਕ ਪੀਣਾ ਜੀ ਕਾਦਾ ਬਨਾਨਾ ਦਾ ਲਾ ਬਨਾਨਾ ਬਣਾ ਕੇ ਉਹ ਨਿਚੋੜ ਕੇ ਦੇਨੇ ਭਰ ਜਾ ਕੋਟਾ ਚ ਮੈਂ ਕੀ ਕੇਲੇ ਦਾ ਪੀਣਾ ਹੈ ਮਿਲਕਸ਼ੇਕ ਅੱਛਾ ਅੱਛਾ ਕੇਲੇ ਦਾ ਜੂਸ ਪੀਣਾ ਹੈ ਮੈਂ ਤੈਨੂੰ ਕਹਿਣਾ ਸਾ ਨਾ ਕੇਲੇ ਦਾ ਵੀ ਜੂਸ ਹੁੰਦਾ ਹੈ ਦਿਓ ਭਾਈ ਤੁਸੀਂ ਦਿਓ ਮੈਂ ਤੇ ਨਹੀਂ ਦੇਣਾ ਉਹ ਚੱਲ ਤੂੰ ਦੇ ਨਾ ਉਹ ਮੇਰੇ ਕੋ ਕਿੱਥੇ ਮੈਂ ਤੇ ਮੰਡੀ ਲੱਗਾ ਕੇਲੇ ਦਾ ਜੂਸ ਹੋਰ ਕੋ ਪੀ ਲੈ ਤਾਂ ਪੀ ਲੈ ਕੇਲੇ ਦਾ ਕੁੱਲੇ ਦਾ ਵੀ ਤੁਹਾਡੇ ਕੋਲ ਨਹੀਂ ਮੈਂ ਕੇਲੇ ਦਾ ਮਿਲਕਸ਼ੇਕ ਪੀਣਾ ਹੈ ਹਾਂ ਮੈਂ ਮਿਲਕਸ਼ੇਕ ਕੇਲੇ ਦਾ ਪੀਣਾ ਹੈ ਤੇ ਮੂੰਹ 'ਚ ਦੁੱਧ ਰੱਖ ਕੇ ਤੂੰ ਤੋਂ ਕੇਲਾ ਖਾ ਲਾ ਪੀ ਠੀਕ ਹੋ ਜੀ ਜੀ ਪਲੀਜ਼ ਹੈਵ ਅ ਸੀਟ ਓ ਮਾਈ ਗੋਡ ਯੈਸ ਜੀ ਇਹ ਕੀ ਮੋਤਰਮਾ ਕਬਲ ਹੋਈ ਆ ਤੁਹਾਨੂੰ ਇਹ ਅਮਰੀਕਾ ਦਾ ਸਟਾਈਲ ਹੈ ਇਹ ਕਿਹੜਾ ਸਟਾਈਲ ਹੈ ਮੈਨੂੰ ਤੇ ਇੰਜ ਹੀ ਲੱਗਾ ਕਿ ਜਿਵੇਂ ਮੱਝ ਕਿੱਲੇ ਤੇ ਬਹਿ ਗਈ ਹੈ ਕਰਕੇ ਇਹ ਕਿਹੜਾ ਸਟਾਈਲ ਹੈ ਕਿਉਂ ਵਾਟ ਇਜ਼ ਥਿਸ ਇਹ ਕੀ ਚੱਲ ਜਾ ਮੇਰੇ ਲਈ ਮਿਲਕ ਸ਼ੇਕ ਲੈ ਕੇ ਆ ਹੈ ਜੀ ਮਿਲਕ ਸ਼ੇਕ ਦੋਵਾਂ ਚੋਂ ਇੱਕ ਕਰ ਲਓ ਮਲਕ ਵੀ ਤੇ ਸ਼ੇਖ ਵੀ ਕੌਣ ਹੋਈ ਇਹ ਮਲਕ ਤੇ ਸ਼ੇਖ ਲਾ ਕੇ ਜਦੋਂ ਮਧਾਣੀ ਫੇਰਾਂਗੇ ਤੇ ਇਹਨਾਂ ਦਾ ਟਿਕੜ ਮੱਸ ਜਿਆ ਹੋ ਜਾਣਾ ਨਹੀਂ ਮੈਂ ਦੋਣੋ ਹੀ ਪੀਣੇ ਚਲੋ ਇਹ ਮਿਲਕ ਸ਼ੇਕ ਲੈ ਆਨੇ ਆ ਬਨਾਨਾ ਦਾ ਹਾਂ ਤੇ ਖਾਣ ਲਈ ਵੀ ਖਸਮਾਂ ਨੂੰ ਖਾਓ ਕੀ ਖਾਣਾ ਜੀ ਪੀਜ਼ਾ ਮੂੰਹ ਤੁਹਾਡਾ ਚਪੇੜਾ ਖਾਣ ਵਾਲਾ ਪੀਜ਼ਾ ਘਰ ਤੁਹਾਡਾ ਹੈ ਪੈਸੇ ਪੂਹੇ ਕੋਈ ਨਹੀਂ ਪੀਜ਼ਾ ਨੈਕਸਟ ਜਿਵੇਂ ਤੇਰਾ ਮਾਂ ਪਿਓ ਜਿਹਨੇ ਐਡਾ ਸੋਹਣਾ ਕੰਮ ਹਾਇਆ ਇੱਧਰ ਤੇ ਕਿਸੇ ਨੇ ਮਗਰੋਂ ਲਾਇਆ ਬਾਈ ਦਾ ਵੇ ਹੂ ਆਰ ਯੂ ਮਰੇ ਤੇਰਾ ਪਿਓ ਲੈ ਉਧਰੋਂ ਖਲੋ ਤੇਰੇ ਨਾਲ ਖਲੋਤਾ ਮੈਂ ਭੜਾ ਲੱਗ ਰਿਹਾ ਉਹ ਕਿਉਂ ਅੱਲਾ ਪਾਕ ਨੇ ਆਪਣੇ ਹਬੀਬ ਦੇ ਸਦਕੇ ਐਡਾ ਸੋਹਣਾ ਬਣਾਇਆ ਲੱਖ ਬੰਦਾ ਬੈਠਾ ਹੋਵੇ ਮੈਂ ਵਿੱਚ ਵੱਖਰਾ ਨਜ਼ਰ ਆਉਣਾ ਕੌਣ ਆਪ ਕੌਣ ਤੁਸੀਂ ਮੈਨੂੰ ਨਹੀਂ ਜਾਣਦੇ ਮੁਖਤਾਰਾ ਮਾਈ ਦਿੱਤੀ ਕੋਈ ਹੋਰ ਨਾਂ ਨਹੀਂ ਲੱਭਿਆ ਪੜੇ ਲਿਖੀ ਹੋ ਜੀ ਮੈਨੂੰ ਜੀ ਨਹੀਂ ਕਹਿਣਾ ਉਹ ਕਿਉਂ ਫਿਰ ਮੇਰਾ ਜੀ ਲੱਗ ਜਾਏਗਾ ਲੈ ਫਿਰ ਇੱਕ ਜੀ ਦੋ ਜੀ ਤਿੰਨ ਜੀ ਫਿਰ ਜੀਜਾ ਜੀ ਫਿਰ ਭੱਲੇ ਵਾਲ ਕਹਾਂਗੇ ਜੀਓ ਜੀ ਲੈ ਹਾਂ ਲਿਆ ਜੀ ਪੁੱਛੇ ਪੜੇ ਲਿਖੀ ਹੋ ਅਲਹਮਦੁਲਿਲਾ ਕਿਤਨਾ ਪੜੀ ਹੋ ਡਬਲ ਐਮਏ ਪਹਿਲਾਂ ਖਰਾਬ ਹੋ ਗਿਆ ਪਹਿਲਾਂ ਮਾਂ ਪਿਓ ਬੜਾ ਮੁਸ਼ਕਲ ਕਰਾਉਂਦਾ ਤੂੰ ਡਬਲ ਕਰ ਲਿਆ ਨਹੀਂ ਮੈਂ ਬੀਏ ਵੀ ਕੀਤਾ ਤੇ ਪਾਣੀ ਰੋਣੇ
दस की मतलब नहीं ओ पागल दिए पुत्रे बीए करके पानी ना रोड़ो तो बीए च स्मेल आंदी आ बीए कीता तू जी शादी हुई आपकी नहीं पढ़ी लिखी हो जी वेरी गुड इंग्लिश में अपन को क्या कहते हैं सेम लख लानत हो जी पढ़ाई च ओ गले केले खाण वाली है खुला सर्व बेचण वाली है ओ तेन समझ नहीं आ रही मैं तेन की कहया मैं तेन क्या है कि इंग्लिश में एप्पल को क्या कहते हैं सेब एप्पल कहते हैं एप्पल ते अन्नी दे आप पता सी ते पूछिया क्यों अन्नी दा नाज़रीन इसके कपड़े डिफेंस वाले हैं विचो ए शदरे मोड़ दी गड़वी वाली जी जी तो शादी हुई नहीं कोई फन्नी खराबी कोई भी नहीं तो करवाओ शादी करने के बाद बड़ा मजा आता है की मतलब जब बच्चे जामते हैं जामते यस बच्चे जामते हैं अच्छा जामते वैसे दही जामते हैं ना अच्छा वैसे बच्चे जामते हैं ठीक है तो शादी नहीं हुई नहीं मुझसे कराओ अपना मुंह देखे मुंह को छाड़ो छाड़ मुंह का शादी में कोई काम नहीं ओ क्यों मुंह के सेरा सेरे के मेरा आगे काम मेरा हर गल तो बाद क्यों करना है मैं करना है तेरे रोक सकती रोक कालिए दिए शुक्र कर तेन मुंह ला ले मैं अच्छा वरना तुम मेरा स्टैंडर्ड ही नहीं हो की नहीं हो स्टैंडर्ड की स्टैंडर्ड की आओ 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 ਤੈਨੂੰ ਸਮੇਂ ਨਹੀਂ ਆਂਡੀ ਆਰਡਰ ਤੇ ਬੱਚੇ ਜੰਮਣ ਵਾਲੀ ਹੈ ਆਰਡਰ ਤੇ ਵੀ ਹੁੰਦੇ ਨੇ ਆਖੇ ਆਪਕੀ ਬਹੁਤ ਅੱਛੀ ਹੈ ਅੱਛਾ ਜੀ ਮੁਝੇ ਦੇ ਦੋ ਕਿਉਂ ਮੈਂ ਪਿੰਡ ਆਪਣੀ ਖੋਤੀ ਨੂੰ ਲਾਣੀਆਂ ਨੇ ਅੱਛਾ ਪਿਆਰ ਕੀਆ ਕਦੇ ਕਿਸੇ ਸੇ ਨਹੀਂ ਤੁਹਾਡਾ ਬੇੜਾ ਗਰਕ ਹੋਵੇ ਸਾਡੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਲੀ ਔਰਤੋ ਤੁਸੀਂ ਸਾਡੀ ਨਵੀਂ ਨਸਲ ਕੀ ਬਾਬੇ ਤਬਾਹ ਕਰਦੇ ਵੇਖ ਕਿੰਨੇ ਬਾਬੇ ਬੈਠੇ ਆ ਇਹ ਸਾਰੇ ਬਾਬੇ ਸਾਡੀਆਂ ਚਾਚੀਆਂ ਨੂੰ ਕਹਿ ਕੇ ਆਏ ਕੀ ਹਮ ਦਰਬਾਰ ਜਾ ਰਹੇ ਤੁਹਾਡੇ ਚਾਰ ਗਾਣੇ ਵੇਖ ਕੇ ਇਹਨਾਂ ਕੋਲ ਟਰੇਅ ਨਹੀਂ ਜਾਣਾ ਬਸ ਵੀ ਇਹਨਾਂ ਨੇ ਪੈਂਤੀਆਂ ਦੀ ਬਰਿਆਨੀ ਲੈਣੀ ਸਾਡੀ ਚਾਚੀ ਨੂੰ ਕਹਿਣਾ ਖਾਓ ਦਰਬਾਰ ਕਾ ਲੰਗਰ ਹੈ ਪਿਆਰ ਕਮੀ ਕਿਸੇ ਸੇ ਕੀ ਹੈ ਨਹੀਂ ਉਧਾਰ ਕੀ ਹੈ ਨਹੀਂ ਬਿਲਕੁਲ ਨਹੀਂ ਕਦੀ ਯਾਦ ਕਰ ਨਹੀਂ ਮਿੱਠੀ ਚੀਜ਼ ਖਾਣੀ ਨਹੀਂ अच्छा इंग्लिश में आई लव यू को क्या कहते हैं मैं तुमसे प्यार करती हूं अपना मुंह देख के अपनी ख्वाहिशा देख तुसी कभी किसी इंसान नु प्यार नहीं करती हो क्यों तुसी सिर्फ पैसे नु प्यार करती हो पैसे अच्छा ਤੁਹਾਡੇ ਵਾਸਤੇ ਸ਼ਾਇਰ ਕਹਿੰਦਾ ਕੀ ਕਹਿੰਦਾ ਤੈਨੂੰ ਪੁੱਛ ਕੇ ਕਹਿੰਦਾ ਹਾਂ ਹੋਰ ਦੱਸੋ ਸ਼ਾਇਰ ਕਹਿੰਦਾ ਛੱਡਣਾ ਦੀ ਯਾਰੀ ਨੂੰ ਇੱਥੇ ਦੋ ਦੋ ਯਾਰ ਬਣਾ ਲੈਂਦੀਆਂ ਇੱਥੇ ਖੂਨ ਜਿਗਰ ਦਾ ਪੀ ਲੈਂਦੀਆਂ ਇੱਥੇ ਹੱਥੀ ਯਾਰ ਮਰਵਾ ਦਿੰਦੀਆਂ ਉਹ ਬੰਦਾ ਕਿਹਾ ਸੜਿਆ ਛੱਡ ਵੀ ਦੇਵੇ ਇੱਥੇ ਫੁੱਲ ਤਵੀਜ਼ ਕਰਾ ਦਿੰਦੀਆਂ ਔਰ ਨਾ ਹੋਵਣ ਅਸਲੀ ਨਸਲ ਦੀਆਂ ਤੇ ਬੁੱਲੇ ਸ਼ਾਹ ਜਿਹਾ ਪੀਰ ਨੱਚਾ ਸਮਝ ਨਹੀਂ ਆਉਂਦੀ ਇਹ ਤੈਨੂੰ ਸਮਝ ਆਉਣੀ ਵੀ ਨਹੀਂ ਸੋਹਣਿਆ ਬਦਮਾਸ਼ ਬੁਲਾ ਲੈ ਚੌਧਰੀ ਨੇ ਇੰਜ ਨਹੀਂ ਨਿਕਲਣਾ ਮੈਂ ਕਹਿੰਦਾ ਇਹ ਬਹੁਤ ਅੱਛਾ ਕੀਤਾ ਮੈਂ ਤਰਲੇ ਬਾਬਾ ਕੇ ਥੱਕ ਗਿਆ ਮੈਂ ਇੱਕ ਕਿੰਨੀਆਂ ਮਰਦੀ ਬੜਕਾ ਮਾਰ ਲਓ ਦੋਸਤੋ ਮਕਾਨ ਦਾ ਕਿਰਾਇਆ ਸਿਰ ਤੇ ਜੇ ਛੇ ਦਿਨ ਦੱਸ ਚ ਓਏ ਸਾਡੇ ਨਾਲ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਮਾਫੀ ਚਾਹੁੰਦੇ ਆ ਜੀ ਕੌਣ ਹੈ ਤੂੰ ਮੈਂ ਬੰਦਾ ਹੀ ਆ ਜੀ ਹੋਰ ਮੈਂ ਸਰਗੋਧੇ ਤੁੰਬਾ ਖੜਾ ਕੀਤਾ ਹੈ ਜੀ ਇੱਥੇ ਬੰਦਾ ਮੈਂ ਉਹ ਕੀ ਆ ਉਹ ਬਾਹਰ ਨਿਕਲ ਆ ਉਹ ਵੱਡਾ ਬਦਮਾਸ਼ ਹੈ ਤੇ ਤੂੰ ਅੰਦਰ ਆ ਬਾਹਰ ਨਿਕਲ ਕੀ ਹੋਇਆ ਕੀ ਹੋਇਆ ਕੀ ਹੋਇਆ ਹੇ ਹੇ
ਸਹੀ ਤੇ ਓਏ ਕੋਤੀਆ ਵਦਵਦ ਗੱਲਾਂ ਨਾ ਕਰ ਬੜੇ ਬੜੇ ਬਦਮਾਸ਼ਾਂ ਡਰਾਇਆ ਪਰ ਤੇਰੇ ਡਰਾਉਣ ਦਾ ਸਵਾਦ ਹੋਰ ਹੀ ਏ ਯਕੀਨ ਪਹਿਲਵਾਨ ਜੀ ਹਾਂ ਇੱਕ ਅੱਧੀ ਤੜੀ ਸਾਨੂੰ ਵੀ ਲਾਓ ਅਸੀਂ ਕੋਈ ਸਤੇਲੇ ਨਹੀਂ ਅੱਲਾ ਖੈਰ ਹੀ ਕਰੇ ਕੀ ਚਾਹੁੰਦਾ ਓ ਸੱਚਾ ਤੂੰ ਹੈ ਆਵਾਜ਼ ਸੱਚਾ ਤੂੰ ਕੀ ਹੈ ਓ ਕੀ ਹੋਣਾ ਕੀ ਬਲਵਾਨ ਜੀ ਇੱਕ ਤੜੀ ਹੋਰ ਲਾਉਣ ਲੱਗ ਬਲਵਾਨ ਜੀ ਸਾਨੂੰ ਤੜੀਆਂ ਲਾਓ ਸਾਨੂੰ ਜ਼ਿੰਦਗੀ ਤੌਰ ਦੇ ਉੱਤੇ ਕਮਜ਼ੋਰ ਨਾ ਕਰੋ ਓ ਕੁੱਤਿਆ ਬਦਤ ਕੇ ਲੜ ਕਰ ਰਹਾ ਕਿਉਂ ਤੂੰ ਮਨ ਜਾਣਦਾ ਨਹੀਂ ਹੈ ਭਲਵਾਨ ਜੀ ਇਹ ਸਲਵਾਰ ਛੱਡ ਦਿਓ ਜਾਂ ਇੱਥੇ ਇੱਕ ਕਿੱਲ ਠੋਕ ਲਓ ਓਏ ਸਾਡਾ ਸਟਾਈਲ ਓਏ ਇਹ ਕਿਹੜਾ ਸਟਾਈਲ ਭਲਵਾਨ ਓਏ ਲਾ ਤੜੀ ਫਿਰ ਮੈਂ ਜਾਵਾਂ ਓਏ ਅੰਜ ਰੋਂਦ ਲੈ ਮਾਰ ਭਲਵਾਨ ਮੈਂ ਤੜੀ ਓਏ ਓਏ ਭਲਵਾਨਾ ਜੱਡੀ ਨਾ ਮੈਨੂੰ ਸ਼ਗਿਰਦੀ ਦਰਦ
छाती चौड़ी करके फिर देने। और मर के सोने रब को जाना है उसको तो मंगनी ते कबर की जगह मंगो वो भी नसीब वाले ने मिल दी जे सानू माफ कर दियो भलवान जी ओए मैं तन माफ नहीं करना ही ओए भलवान जी सानू माफ कर दियो असि सारी जिंदगी हराम खादा अच्छा अंदर आके कट लो लख लैन दे ऐसे तू तेरा भलवान जी मैनू भी माफ कर दियो और तू कीता की है हाय मैं करना भलवान जी आजाब दे दिता हूं इन चलो दस काली चरसे मुगल प्रेदे कन टुटे नी की चाहना है जिन्ने साडे नाल वैर कमाया फिर तुसी बच्चा ही जमाया ओए काली चरसे की चाहना तू दो बच्चे चाहता हूं दे सकती हो राधा जो कमाओगी आधा आधा तुम्हारे अब्बा का था मुझसे वादा केरी चर्च निकलाई है तू बदमाश है हाँ ओए बदमाश हाँ ओए अपनी बदमाशी वहा वहा ये प्यो दा दूध पीते थे ये प्यो दा दूध केरा हुंदा ही प्यो दा दूध हुंदा दुकान ते जाओ हाथ लाओ कहिंदा रख तेरे प्यो दा दूध है
ਆ ਬਦਮਾਸ਼ ਹੈ ਆ ਬਦਮਾਸ਼ ਆ ਰੰਗ ਬਾਸ ਨਹੀਂ ਮੇਰੀ ਇੱਜ਼ਤ ਲੁੱਟ ਨਹੀਂ ਵੇ ਤੇਰੀ ਟਿੱਕੀ ਬੜੀ ਵੱਡੀ ਹੈ ਆਏ ਬਦਮਾਸ਼ਾ ਡਿੱਗੀ ਵੱਡੀ ਕਿਉਂ ਨਾ ਹੋਵੇ ਸਾਰੀ ਜ਼ਿੰਦਗੀ ਤੇਰਾ ਸਮਾਨ ਰੱਖੀ ਰੱਖਿਆ ਵਿੱਚ ਮੇਰਾ ਸਮਾਨ ਆ ਯੈਸ ਮੇਰਾ ਸਮਾਨ ਤੇ ਪੂਰਾ ਆ ਹੀ ਨਹੀਂ ਸਕਦਾ ਓ ਨੋ 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 ਓ ਬੂ 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 ਬਦਮਾਸ਼ ਹੈ ਆਹ ਬਦਮਾਸ਼ ਹੈ ਐਡੀ ਸੋਹਣੀ ਹੈ ਕਿਸੇ ਚੰਗੇ ਘਰ ਦੀ ਕੁੜੀ ਹੈ ਕਿਉਂ ਆਪਣਾ ਤੇ ਆਪਣੇ ਵੱਡਿਆਂ ਦਾ ਨਾਮ ਬਦਨਾਮ ਕਰ ਰਹੀ ਹੈ ਅੱਛਾ ਛੱਡ ਦੇ ਇਹ ਕੰਮ ਸਹੀ ਨਹੀਂਗਾ ਅੱਛਾ ਕੋਈ ਖੂਬਸੂਰਤ ਆਦਮੀ ਵੇਖ ਤੇ ਉਹਦੇ ਨਾਲ ਵਿਆਹ ਕਰ ਲਾ ਠੀਕ ਹੈ ਛੱਡੇ ਆ ਭਰਾਵਾ ਤੂੰ ਮੇਰੀ ਭੈਣ ਹੋ ਹੀ ਨਹੀਂ ਸਕਦੀ ਉਹ ਕਿਉਂ ਉਹ ਤੁਸੀਂ ਚੰਗੜ ਅਸੀਂ ਰਾਣੇ ਚੁੱਪ ਕਰ ਲੈ ਮਸੱਲੀਆ ਮਸੱਲੀ ਕਹਿ ਰਹੀ ਹੈ ਹਾਂ ਮਸੱਲੀਆ ਉਹ ਕਦੀ ਮਸੱਲੀ ਕਹਿਣੀ ਹੈ ਕਦੀ ਕੁਝ ਕਹਿਣੀ ਹੈ ਹਾਂ ਸ਼ਦਾਦੀ ਲੱਗੀ ਹੈ ਅਸੀਂ ਤੇ ਅਜੀ ਲੱਗੀ ਹੈ ਹਾਂ ਅਸੀਂ ਤੇਰੇ ਨਾਲ ਕੌੜੇ ਘੁੱਟ ਭਰ ਲੈਣੇ ਨੇ ਓਏ ਮੇਰੇ ਨਾਲ ਟੋਟੇ ਕਰ ਦੇ ਵੇ ਮੈਂ ਤੇਰੇ ਟੋਟੇ ਟੋਟੇ ਕਰ ਦਾਂਗੀ ਮੈਂ ਤੇਰੇ ਘਰ ਦਾ ਚੱਕਰ ਲਾਵਾਂਗਾ ਤੇ ਛੋਟੇ ਛੋਟੇ ਕਰ ਦੇਵਾਂਗਾ ਓਏ ਬਕਵਾਸ ਕੀਤੀ ਜਾਂਦਾ ਵੀ ਐਵਾਂ ਬਕਵਾਸ ਨਹੀਂ ਕਰਦਾ ਡਿੰਟੋਨਿਕ ਕਰਨਾ ਬਕਵਾਸ ਕਹਿ ਰਹੀ ਹੈ ਬਕਵਾਸ ਬੜੀ ਸੋਹਣੀ ਲੱਗ ਰਹੀ ਹੈ ਬਦਮਾਸ਼ ਵੀ ਹੈ ਹਾਂ ਓਏ ਪਾਣੀ ਚ ਆ ਗਿਲਾਵਾ ਤੂੰ ਮੇਰੀ ਕੁਲਫੀ ਹੈ ਤੈਨੂੰ ਕਿੱਥੋਂ ਕਿੱਥੋਂ ਚੱਕ ਪਾ ਆਪਣੇ ਆਪ ਨੂੰ ਬਚਾ ਨਾ ਨਹੀਂ ਹਾਏ ਆਪਣੇ ਹੁਸਨ ਦੀ ਖੈਰਾਤ ਕੱਢ ਕੀ ਕੱਢਾ ਦੱਸ ਦੇ ਅੱਜ ਮਨ ਮੈਨੂੰ 10 ਮਿੰਟ ਦੇ ਦੇ ਮੈਂ ਤੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਕੀ ਕਹਿਣਾ ਪਿਆ ਭਈਆ ਲੈ ਭਈਆ 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 ਹਰ ਬੰਦੇ ਨੂੰ ਭਈਆ ਤੈਨੂੰ ਔਲਾਦ ਨਹੀਂ ਚਾਹੀਦੀ ਅਸੀਂ ਜਾ ਰਹੀ ਹਾਂ ਸੋਹਣਾ ਬੰਦਾ ਪਹਿਲਾਂ ਕਦੀ ਵੇਖਿਆ ਨਹੀਂ ਇਹ ਤੂੰ ਹੁਸਨ ਦਾ ਪੜਿਆ ਅਲਹਮਦੁਲਿਲਾ ਸੋਹਣਾ ਆਦਮੀ ਹੈ ਕਿੰਨਾ ਸੋਹਣਾ ਹੈ ਬਹੁਤ ਜ਼ਿਆਦਾ ਮੇਰੇ ਵਾਸਤੇ ਤੇ ਮੈਡਮ ਨੂਰ ਜਾਨ ਨੇ ਕਿਹਾ ਕੀ ਵੇ ਸਭ ਤੋਂ ਸੋਹਣਿਆ ਹਾਏ ਵੇ ਮੰਨੂ ਸ਼ਾਦੀ ਕਰ ਆਪਣੀ ਮੈਂ ਸ਼ਾਦੀ ਨਹੀਂ ਕਰਨੀ ਹਲੇ ਕਿਉਂ ਅੱਜ ਕੋਈ ਮਿਲੇਗਾ ਤੇ ਸ਼ਾਦੀ ਕਰਾਂਗੀ ਨਾ ਹਾਏ ਹਾਏ ਪੂਰਾ ਮੱਲਾ ਬੇੜਾ ਗਰਕ ਕਰਤਾ ਹੈ ਤੇ ਹਲੇ ਕੋ ਮਿਲੇ ਲਾਤੇ ਬਹੁਤ ਉਠਾਤੀ ਹੋ ਤੁਹਾਡੇ ਬਾਪ ਦਾ ਕੀ ਨਾਮ ਹੈ ਹੱਥ ਮਤ ਉਠਾਓ ਕੀ ਹੈ ਛੱਡ ਦੇ ਭੈੜੇ ਕੰਮ ਛੱਡ ਦਿੱਤੇ ਆਪਣੇ ਵੱਡਿਆਂ ਦਾ ਤੇ ਆਪਣੇ ਸੋਹਣੇ ਪਾਕਿਸਤਾਨ ਦਾ ਨਾਮ ਖਰਾਬ ਨਾ ਕਰ ਠੀਕ ਹੈ ਜੇ ਪਾਕਿਸਤਾਨ ਦੀਆਂ ਧੀਆਂ ਭੈਣਾਂ ਇਹ ਬਦਮਾਸ਼ ਵਾਲੇ ਕੰਮਾਂ 'ਚ ਪੈ ਗਈਆਂ ਤੇ ਅਸੀਂ ਬਦਨਾਮ ਹੋ ਜਾਾਂਗੇ ਕੀ ਕਰੀਏ ਜ਼ਬਾਕਾ ਟਪਾਕਾ ਵੀ ਕਰੀਏ ਜਪਨ ਜਪਨ ਕਟੀਟਾ ਆਹਾ ਇੰਗਲਿਸ਼ ਫਿਲਮੇ ਦੇਖਦੀ ਹੋ ਹਾਂ ਇੰਗਲਿਸ਼ ਫਿਲਮੇ ਦੇਖਦੀ ਹੋ ਬਹੁਤ ਸ਼ੌਕ ਸੀ ਤੇ ਫਿਰ ਤੈਨੂੰ ਕਾਲਿਆਂ ਦੀ ਕਦਰ ਕਿਉਂ ਨਹੀਂ ਐਸੀ ਫੈਡ ਕਰਦੇ ਨੇ ਕਾਲੇ ਠਾ 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 ਬੜੀ ਅੱਛੀ ਹੈ ਜੀ ਓਏ ਹਾਏ ਹਾਏ ਸਦਾਦੀ ਲੱਗ ਰਹੀ ਹੈ ਪਿਆਰੀ ਵੀ ਹੀ ਹੈ ਅੱਖਾਂ ਵੀ ਤੇਰੀਆਂ ਗਾਣਾ ਨਾ ਕਰਨ ਲੱਗ ਪਈ ਕਿਉਂ ਤਿਆਰ ਤੇ ਹੋ ਰਹੀ ਹੈ ਤੂੰ ਕੈਸੀ ਕਮਰ ਹੈ ਤੇਰੀ ਪਤਲੀ ਜੀ ਹਾਂ ਸਦਕੇ ਜਾਵਾਂ ਹਾਂ ਸ਼ਾਦੀ ਕਰ ਬਸ ਤੂੰ ਕੀ ਕੁਲਫੀਆਂ ਤੇ ਗੋਲੀਆਂ ਟੋਫੀਆਂ ਚੂਸਦਾ ਅਗਰ ਆ ਜਦ ਤੱਕ ਮੇਰੇ ਸਾਹ ਵਿੱਚ ਸਾਰੇ ਪਿਆਰ ਮੇਰਾ ਈਮਾਨ ਰਵੇਗਾ ਦੁਨੀਆ ਬਦਲੇ ਤੂੰ ਨਾ ਬਦਲੀ ਐ ਤੇਰਾ ਐਹਸਾਨ ਰਵੇਗਾ ਪਿਆਰ ਮੇਰਾ ਈਮਾਨ ਰਵੇ ਬਹੁਤ ਗਾਣਾ ਗਾ ਲਿਆ ਤਾਂ ਮਰਾਸੀ ਚੱਲ ਅੰਦਰ ਉਹ ਮੈਨੂੰ ਮਰਾਸੀ ਕਹਿ ਰਹੀ ਹੈ ਤੇਰੀ ਢੋਲਕੀ ਦੋਵਾਂ ਪਾਸੇ ਵਜਾਤੀ ਏ ਅਸੀਂ ਤੇਰੇ ਤੋਂ ਵੱਡੇ ਬਦਮਾਸ਼ ਆ ਨਹੀਂ ਉਹ ਬਦਤਮੀਜ਼ ਹੈ ਤੂੰ ਬਦਤਮੀਜ਼ ਨਾ ਤਾਂ ਮੈਨੂੰ ਖਾਮਤ ਬਣਾ ਲਾ ਮੇਰੇ ਇਹੋ ਜਿਹੇ ਬਦਤਮੀਜ਼ ਖਾਮਤ ਹੋ ਹੀ ਨਹੀਂ ਸਕਦਾ ਹਾਏ ਸਾਨੂੰ ਬਹੁਤ ਬੁਰਾ ਕਹਿਣਾ ਹੈ ਤੁਸੀਂ ਆਹਾਹਾ ਸਾਡੇ ਪਸੰਦ ਹੀ ਨਹੀਂ ਕਰਨਾ ਆਹਾਹਾ ਫਰੈਸ਼ ਰਿਜ਼ਲਟ ਹੈ ਮੇਰਾ ਐ ਹੀ ਮੁਹੱਬਤ ਐ ਬਹਾਨੇ ਬਹਾਨੇ ਨਾ ਹੱਥ ਲਾ ਰਹੀ ਜਿਤਨਾ ਮਰਜ਼ੀ ਕਲੋਜ਼ਿੰਗ ਕਰ ਲੋ ਇਹ ਚੁਲਬੁਲ ਪਾਂਡੇ ਤੁਹਾਰਾ ਨਹੀਂ ਹੋ ਸਕਦਾ